ਚਲੋ ਠੀਕ ਹੈ ਹਾਂਜੀ ਹਾਂਜੀ ਮੈਂ ਪੁੱਛਣਾ ਚਾਹੁੰਦਾ ਅੱਜ ਤੁਹਾਡੀ ਜਿਹੜੀ ਭੈਣ ਹੈ ਤੁਹਾਡੇ ਵਿੱਚ ਹੈ ਕਿਵੇਂ ਵਿਛੜੇ ਸੀਗੇ ਤੇ ਕੀ ਕਹਾਣੀ ਹੈ ਪੂਰੀ ਦੱਸੋ ਅਸੀਂ 1947 ਦੇ ਵਿੱਚ ਇੱਥੇ ਹਸਨ ਆਏ ਤੇ ਮੇਰੀ ਭੈਣ ਦੀ ਨਾਲ ਹੀ ਹਾਂਜੀ ਕਿਵੇਂ ਜਿਹੜੇ ਵਿਛੜੇ ਤੁਹਾਡੀ ਭੈਣ ਤੇ ਅੱਜ ਪਰਿਵਾਰ 'ਚ ਆਇਆ ਤੁਹਾਡੀ ਭੈਣ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਪਰਿਵਾਰ 'ਚ ਆਈ 70 ਸਾਲਾਂ ਵੱਲੋਂ ਮਿਲੀ ਹੈ ਉੱਥੇ ਸੰਤੋਖ ਸਿੰਘ ਆਇਆ ਇਹ ਪਾਕਿਸਤਾਨ ਦੀਆਂ ਗੱਲਾਂ ਕਿਸੇ ਹੋਰ ਬੰਦੇ ਨਾਲ ਕਰਨ ਲੱਗਿਆ ਮੈਂ ਵੀ ਜੇ ਸੁਣ ਕੇ ਲਵੇ ਨੂੰ ਹੋ ਗਿਆ ਵੀ ਮੇਰੀ ਭੈਣ ਦੀ ਗੱਲ ਕਰਨਗੇ ਕੋਈ ਇਹਨੂੰ ਮੈਂ ਦੱਸਿਆ ਵੀ ਮੇਰੀ ਭੈਣ ਵੀ ਉੱਧਰ ਇੱਕ ਵਿਛੜੀ ਹੋਈ ਆ 70 ਸਾਲ ਹੋ ਗਏ ਸਾਨੂੰ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਇਹ ਕਹਿੰਦਾ ਉੱਥੇ ਮੇਰੇ ਸਾਹਮਣੇ ਉਹਦੇ ਪਏ ਨੇ ਫੋਨ ਪਾਕਿਸਤਾਨ 'ਚ ਕਰੇ ਪਤਾ ਲਿਆ ਕਈ ਬੰਦਿਆਂ ਤੋਂ ਬਹੁਤ ਬੰਦਿਆਂ ਤੋਂ ਕੋਈ ਪਤਾ ਨਹੀਂ ਲੱਗਿਆ ਫਿਰ ਇਹ ਕਹਿੰਦਾ ਕੋਈ ਇਹਨਾਂ ਤੋਂ ਤਸੱਲੀ ਰੱਖੀ ਮੈਂ ਕੋਈ ਬੰਦਾ ਉੱਧਰੋਂ ਆਇਆ ਉਹਦੇ ਨਾਲ ਗੱਲ ਕਰੂੰਗਾ ਮੈਂ ਉਹਦੇ ਨਾਲ ਗੱਲ ਕਰਕੇ ਫਿਰ ਤੈਨੂੰ ਦੱਸੂ ਵੀ ਤੇਰੀ ਭੈਣ ਹੈ ਜਾਂ ਨਹੀਂ ਫਿਰ ਉੱਧਰੋਂ ਸ਼ਹਿਰ ਦਾ ਬੰਦਾ ਆਇਆ ਉਹਨੇ ਘਨੌਰ ਆ ਗਿਆ ਸੰਤੋਖ ਨੇ ਮੈਨੂੰ ਫੋਨ ਕਰਿਆ ਵੀ ਤੂੰ ਘਨੌਰ ਜਾ ਕੇ ਮਿਲ ਮੈਂ ਉਹਨੂੰ ਜਾ ਕੇ ਮਿਲਿਆ ਉਹਨੇ ਮੈਨੂੰ ਦੱਸਿਆ ਵੀ ਭੈਣ ਤੇਰੀ ਹੈਗੀ ਸਾਰ ਵਾਲੇ ਵੱਜਦੇ ਨੇ ਉਹ ਵੀ ਤੈਨੂੰ ਮਿਲਿਆ ਬਸ ਵਿਛੋੜਾ ਕਿਵੇਂ ਹੋਇਆ ਸੀਗਾ ਜੀ ਵਿਆਹ ਤੋਂ ਬਾਅਦ ਜਿਹੜੀ ਹੈ ਵਿਆਹ ਹੋਇਆ ਸੀ ਇਹਨਾਂ ਦਾ ਸਾਰੋਂ ਹਾਂ ਸਾਰੋਂ ਵਿਆਹ ਉਦੋਂ ਮੈਂ ਛੋਟੇ ਹੀ ਤੇ ਦੱਸਦੇ ਹੋਣਗੇ ਬਜ਼ੁਰਗ ਕੋਈ ਕਹਾਣੀ ਬਜ਼ੁਰਗ ਦੱਸਦੇ ਤੇ ਵੀ 6 ਮਹੀਨੇ ਹੀ ਹੋਏ ਤੇ ਵਿਆਹ ਇਹਨੂੰ ਉਹਦੀ ਹੱਲਾ ਪੈ ਗਿਆ ਹੱਲਿਆਂ ਦੇ ਵਿੱਚ ਹੀ ਇਹਦਾ ਜਿੰਨਾ ਇਹਦਾ ਦਾਜ ਵਗੈਰਾ ਤੇ ਸਭ ਲੁੱਟਿਆ ਗਿਆ ਉੱਥੇ ਸਾਰੋਂ ਮਸੀਹ ਦੀ ਧਰਾ ਲਿਆ ਲੋਕਾਂ ਨੇ ਟੂਮਾ ਟਾਮਾ ਜਿੰਨੀਆਂ ਦੇ ਸਭ ਲੁੱਟ ਕੇ ਲੈ ਗਏ ਉਹ ਤੋਂ ਬਾਅਦ ਇਹ ਪਾਕਿਸਤਾਨ ਚਲੇ ਗਏ ਤੁਹਾਡਾ ਪਰਿਵਾਰ ਉਰੇ ਰਹਿ ਗਿਆ ਹਾਂ ਇਹ ਪਾਕਿਸਤਾਨ ਚਲੇ ਗਏ ਅਸੀਂ ਇੱਥੇ ਰਹਿ ਗਏ ਹਸਨ ਵਿੱਚ ਇੱਥੇ ਮੇਰੀ ਭੈਣ ਦੀ ਵੱਡੀ ਕਿੰਨੇ ਟਾਈਮ ਬਾਅਦ ਪਾਕਿਸਤਾਨ ਤੋਂ ਆਏ ਹੋ ਤੇ ਕਿਵੇਂ ਪਾਕਿਸਤਾਨ ਚਲੇ ਗਏ ਸੀ ਅਸੀਂ ਮਹੀਨਾ ਕੁ ਹੋਇਆ ਤੇ ਮੇਰੀ ਸ਼ਾਦੀ ਹੋਈ ਨੂੰ ਮੇਰੇ ਬਾਪ ਨੇ ਤੋਰਤਾ ਮੈਨੂੰ ਸਾਰੋਂ ਉੱਥੋਂ ਅਸੀਂ 3 ਦਿਨ ਰੱਖੇ ਉਹ ਜਾ ਜੇ ਸਵੇਰੇ ਹੱਲੇ ਪਏ ਨਾ 3 ਦਿਨ ਰੱਖੇ ਸਾਨੂੰ ਇੱਕ ਜ਼ਿੰਮੇਦਾਰ ਨੇ 3 ਦਿਨ ਰੱਖ ਕੇ ਮੁੜ ਕੇ ਬਾਪ ਨੂੰ ਗੱਡਾ ਜੋੜ ਕੇ ਹਸਨ ਛੱਡ ਗਏ ਇੱਥੇ ਮੇਰੀ ਭੈਣ ਰਹਿੰਦੀ ਸੀ ਮੇਰੀ ਭੈਣ ਕੋਲ ਆ ਕੇ ਇੱਥੋਂ ਤੁਰੇ ਅਸੀਂ 2 ਦਿਨ ਨੂੰ ਗੱਡੀ ਲੱਗ ਗਈ ਸਾਡਾ ਪਿੰਡ 'ਤੇ ਸਾਰਾ ਹੀ ਸਾਰੋਂ ਦਾ ਅਸੀਂ ਉੱਥੇ ਚਲੇ ਗਏ ਪਾਕਿਸਤਾਨ ਨੂੰ 3 ਦਿਨ ਗੱਡੀ ਨਾ ਲਾਏ ਜਿੱਥੇ ਜਲੰਧਰ ਖੜ੍ਹੀ ਪਹਿਲਾਂ ਉੱਥੇ ਰੋਟੀਆਂ ਰਾਟੀਆਂ ਪਕਾਈਆਂ ਫਿਰ ਅੰਮ੍ਰਿਤਸਰ ਲੁਧਿਆਣੇ ਖੜ੍ਹ ਗਈ ਐਂ ਖੜ੍ਹਦੀ ਗੱਡੀ ਨੇ 3rd ਦਿਨ ਪਹੁੰਚਾਇਆ ਸਾਨੂੰ ਗਾਹਾਂ ਲਾਹੌਰ ਲਏ 3-4 ਮਹੀਨੇ ਲਾਹੌਰ ਕੰਮ 'ਚ ਰਹੇ ਉੱਥੋਂ ਕਦੇ ਕੋਈ ਕਿਧਰੇ ਦੇ ਵੱਗ ਗਿਆ ਕੋਈ ਕਿਧਰੇ ਦੇ ਵੱਗ ਗਿਆ ਬਸ ਆਪਾਂ ਕੰਮਾਂ ਲਾ ਗਿਆ ਇੰਨੇ ਕੁ ਗੱਲ ਪਰਿਵਾਰ ਕਦੇ ਯਾਦ ਨਹੀਂ ਆਈ ਬਹੁਤ ਯਾਦ ਆਉਂਦਾ ਅਤੇ ਕਿਉਂ ਨਹੀਂ ਆਉਂਦਾ ਮਿਲੇ ਮੇਰੇ ਭਾਈ ਵਿਛੜ ਗਏ ਛੋਟੇ ਛੋਟੇ ਅਤੇ ਨਿੱਕੇ ਨਿੱਕੇ ਛੱਡੇ ਹੋਏ ਰੋਜ਼ ਪੁੱਛਦੀ ਤਾਂ ਕੋਈ ਦੱਸਦਾ ਹੀ ਨਹੀਂ ਸੀ ਪਤਾ ਨਹੀਂ ਸੀ ਲੱਗਦਾ ਮੇਰਾ ਸਾਈਂ ਪੌਤ ਹੋ ਗਿਆ 20-25 ਸਾਲ ਹੋ ਗਏ ਨਿੱਕੇ ਨਿੱਕੇ ਮੇਰੇ ਬੱਚੇ ਤੇ ਬਸ ਮੈਨੂੰ ਤਾਂ ਮਜ਼ਦੂਰੀ ਕਰ ਕਰਕੇ ਪਾਏ ਕਦੇ ਆ ਕੇ ਇੱਧਰ ਲੱਭਣ ਦਾ ਜੀ ਨਹੀਂ ਕੀਤਾ ਇਹਨਾਂ ਨੂੰ ਲੱਭਣ ਨੂੰ ਜੀ ਬਹੁਤ ਕਰਦਾ ਸੀ ਕੋਈ ਦੱਸੇ ਤਾਂ ਆਵਾਂ ਤਾਂ ਆਵਾਂ ਕਿਵੇਂ ਕੋਈ ਕਹਿੰਦਾ ਤੂੰ ਮਰ ਗਏ ਤੇਰੀ ਭੈਣ ਵੀ ਉੱਜੜ ਗਈ ਕੋਈ ਕੁਛ ਬਸ ਐਂ ਕਰਕੇ ਵਿਛੋੜੇ ਪੈ ਗਏ ਸਾਡੇ ਅਤੇ ਹੁਣ ਆਏ ਹੋ ਕਿੰਨੇ ਟਾਈਮ ਲਈ ਆਏ ਹੋ ਅਤੇ ਪਰਿਵਾਰ 'ਚ ਆ ਕੇ ਕਿਹਾ ਜਾ ਹੁਣ ਅਸੀਂ ਪਾਸਪੋਰਟ ਬਣਾ ਕੇ ਆਇਆ ਵੀ 2 ਮਹੀਨੇ ਵਾਸਤੇ ਵੀਜ਼ਾ ਲੱਗਿਆ ਪਹਿਲਾਂ ਵੀਜ਼ਾ ਇੰਨਾ ਲੱਗਿਆ ਅਸੀਂ ਐਵੇਂ ਹੀ ਆ ਗਏ ਹਾਂ ਫਿਰ ਦੁਬਾਰਾ ਵੀਜ਼ਾ ਲਾਇਆ 2 ਮਹੀਨੇ ਤੋਂ ਬਾਅਦ ਖਾਲੀ ਹੋਈ ਆ ਗਿਆ ਫਿਰ ਵੀਜ਼ਾ ਦਿੱਤਾ ਤਾਂ ਹੁਣ 3rd ਮਹੀਨੇ ਆਇਆ ਫਿਰ ਅਸੀਂ ਉੱਥੇ ਆਏ ਪਰਿਵਾਰ ਨੂੰ ਮਿਲ ਕੇ ਕਿਹਾ ਜਿਹਾ ਲੱਗ ਰਿਹਾ ਬਹੁਤ ਠੰਡ ਪੈ ਗਈ ਦਿਲ ਨੂੰ ਬੱਚੇ ਕਿੰਨੇ ਸਾਲਾਂ ਬਾਅਦ ਮਿਲੇ ਜਦੋਂ ਜਾੜੇ ਪਏ ਨੇ ਹੁਣ ਮੈਨੂੰ ਤਾਂ ਚੇਤਾ ਹੀ ਨਹੀਂ ਹਾਂ ਉਹਨੇ ਵੀ ਕਿੰਨੇ ਸਾਲ ਹੋ ਗਏ ਇੰਨੇ ਚਿਰ ਮਗਰੋਂ ਮਿਲੀ ਆ ਮੇਰੇ ਭਾਣਜੇ ਮਾਸ਼ਾ ਅੱਲਾ ਮੇਰਾ ਹੁਣ ਪਰਿਵਾਰ ਮਤ ਕਹਿਤਾ ਠੀਕ